ਸਤਿ ਸ੍ਰੀ ਅਕਾਲ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਇਸ ਬੁਲੇਟਿਨ ਦਾ ਆਗਾਜ਼ ਅਸੀਂ ਕਰਨ ਜਾ ਰਹੇ ਹਾਂ ਇੱਕ ਵੱਡੀ ਖਬਰ ਦੇ ਨਾਲ ਵੱਡੀ ਖਬਰ ਐਸਜੀਪੀਸੀ ਚੋਣਾਂ ਦੀ ਹਲਚਲ ਦੇ ਨਾਲ ਜੁੜੀ ਹੋਈ ਸੇਵਾ ਸਿੰਘ ਸੇਖਵਾ ਟਕਸਾਲੀ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਉਹਨਾਂ ਦੇ ਵੱਲੋਂ ਬਾਦਲ ਪਰਿਵਾਰ ਤੇ ਤਿੱਖਾ ਹਮਲਾ ਕੀਤਾ ਜਾ ਰਿਹਾ ਸ਼ੁਰੂਆਤ ਇਸ ਬੁਲੇਟਿਨ ਦੇ ਨਾਲ ਇਸ ਖਬਰ ਦੇ ਨਾਲ ਇਸ ਬੁਲੇਟਿਨ ਦੀ ਕਰਨ ਜਾ ਰਹੇ ਹਾਂ ਸੇਵਾ ਸਿੰਘ ਸੇਖਵਾ ਦਾ ਵੱਡਾ ਬਿਆਨ ਜਿਹਾਂ ਅਕਾਲੀ ਅਤੇ ਕਾਂਗਰਸੀਆਂ ਦੀ ਆਪਸ ਦੇ ਵਿੱਚ ਮਿਲੀ ਭੁਗਤ ਦਾ ਇਹ ਵੱਡਾ ਇਲਜ਼ਾਮ ਸੇਵਾ ਸਿੰਘ ਸੇਖਵਾ ਦੇ ਵੱਲੋਂ ਸਿੱਧਾ ਅਕਾਲੀ ਦਲ ਦੇ ਬਾਦਲ ਪਰਿਵਾਰ ਦੇ ਉੱਤੇ ਲਗਾਇਆ ਜਾ ਰਿਹਾ ਹੈ ਸੇਵਾ ਸਿੰਘ ਸੇਖਵਾ ਕਹਿ ਰਹੇ ਨੇ ਕਿ ਬਾਦਲ ਪਰਿਵਾਰ ਦੀ ਕਾਂਗਰਸੀਆਂ ਦੇ ਨਾਲ ਰਿਸ਼ਤੇਦਾਰੀ ਹੈ ਬਾਦਲ ਅਤੇ ਕੈਪਟਨ ਅਮਰਿੰਦਰ ਰਲੇ ਹੋਏ ਨੇ ਸਾਡੇ ਤੇ ਬੇਬੁਨਿਆਦ ਇਲਜ਼ਾਮ ਲਗਾਏ ਜਾਂਦੇ ਨੇ ਤਾਂ ਕਈ ਇਲਜ਼ਾਮਾਂ ਦੇ ਨਾਲ ਝੜੀ ਲਗਾ ਦਿੱਤੀ ਹੈ ਇਲਜ਼ਾਮਾਂ ਦੀ ਸੇਵਾ ਸਿੰਘ ਸੇਖਵਾ ਨੇ ਕੁਝ ਸਮੇਂ ਪਹਿਲਾਂ ਤੱਕ ਸੇਵਾ ਸਿੰਘ ਸੇਖਵਾ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਸੀ ਪਰ ਵੱਖ ਹੋਏ ਕਿਉਂਕਿ ਬਹੁਤ ਸਾਰੇ ਆਗੂ ਅਕਾਲੀ ਦਲ ਤੋਂ ਵੱਖ ਹੋਏ ਨੇ ਜਿਹੜੇ ਖਾਸ ਤੌਰ ਤੇ ਟਕਸਾਲੀ ਕਹੇ ਗਏ ਉਹਨਾਂ ਦੇ ਵਿੱਚ ਸੇਵਾ ਸਿੰਘ ਸੇਖਵਾ ਰਣਜੀਤ ਸਿੰਘ ਬ੍ਰਹਮਪੁਰਾ ਸੁਖਦੇਵ ਸਿੰਘ ਢੀਂਡਸਾ ਇਹ ਵੱਡੇ ਨਾਮ ਵੀ ਸ਼ਾਮਲ ਨੇ ਤੇ ਸੇਵਾ ਸਿੰਘ ਸੇਖਵਾ ਐਸਜੀਪੀਸੀ ਚੋਣਾਂ ਦੇ ਮੁੱਦੇ ਨੂੰ ਲੈ ਕੇ ਵੀ ਘੇਰ ਰਹੇ ਨੇ ਅਕਾਲੀ ਦਲ ਨੂੰ ਇੱਥੋਂ ਤੱਕ ਕਹਿ ਰਹੇ ਨੇ ਕਿ ਬਸ ਬਹੁਤ ਹੋ ਗਿਆ ਹੁਣ ਐਸਜੀਪੀਸੀ ਤੋਂ ਬਾਦਲਾਂ ਨੂੰ ਬਾਹਰ ਕਰਨ ਦਾ ਸਮਾਂ ਆ ਗਿਆ ਕਿਉਂਕਿ ਚੋਣਾਂ ਦੀ ਹਲਚਲ ਤਾਂ ਸਾਫ਼ ਤੌਰ ਤੇ ਐਸਜੀਪੀਸੀ ਚੋਣਾਂ ਦੀ ਹਲਚਲ ਤਾਂ ਸਾਫ਼ ਤੌਰ ਤੇ ਇਸ ਸਮੇਂ ਨਜ਼ਰ ਆ ਰਹੀ ਹੈ ਤਾਂ ਟਕਸਾਲੀ ਆਗੂ ਸੇਵਾ ਸਿੰਘ ਸੇਖਵਾ ਦੇ ਵੱਲੋਂ ਵੱਡਾ ਇਲਜ਼ਾਮ ਲਗਾਇਆ ਗਿਆ ਅਕਾਲੀ ਅਤੇ ਕਾਂਗਰਸੀਆਂ ਦੀ ਆਪਸ ਦੇ ਵਿੱਚ ਮਿਲੀ ਭੁਗਤ ਹੈ ਬਾਦਲ ਪਰਿਵਾਰ ਦੀ ਕਾਂਗਰਸੀਆਂ ਦੇ ਨਾਲ ਰਿਸ਼ਤੇਦਾਰੀ ਹੈ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਰਲੇ ਹੋਏ ਨੇ ਤਾਂ ਇੱਕ ਤੋਂ ਬਾਅਦ ਇੱਕ ਇਲਜ਼ਾਮਾਂ ਦੀ ਝੜੀ ਸੇਵਾ ਸਿੰਘ ਸੇਖਵਾ ਦੇ ਵੱਲੋਂ ਇਹ ਲਗਾਈ ਗਈ ਹੈ ਦੇਖੋ ਬਹੁਤ ਇੰਪੋਰਟੈਂਟ ਇਹ ਵੀ ਹੈ ਕਿ ਇਸ ਸਮੇਂ ਸੂਬੇ ਦੇ ਵਿੱਚ ਜਿਹੜੇ ਸਿਆਸੀ ਸਮੀਕਰਨ ਬਣ ਰਹੇ ਨੇ ਉਹ ਵੀ ਕੁਝ ਨਾ ਕੁਝ ਇਸ਼ਾਰਾ ਜ਼ਰੂਰ ਕਰਦੇ ਨੇ ਇੱਕ ਪਾਸੇ ਅਕਾਲੀ ਦਲ ਬੀਜੇਪੀ ਅਲੱਗ ਹੋ ਗਿਆ ਤੇ ਦੂਜੇ ਪਾਸੇ ਐਸਜੀਪੀਸੀ ਚੋਣਾਂ ਦੀ ਦਸਤਕ ਵੀ ਸਾਫ਼ ਤੌਰ ਤੇ ਸੁਣਾਈ ਦੇ ਰਹੀ ਹੈ ਗਠਜੋੜ ਟੁੱਟਣ ਤੋਂ ਬਾਅਦ 15 ਦਿਨ ਦੇ ਕਰੀਬ 15 ਦਿਨ ਦੇ ਅੰਦਰ ਹੀ ਕੇਂਦਰ ਦੀ ਸਰਕਾਰ ਦੇ ਵੱਲੋਂ ਗੁਰਦੁਆਰਾ ਚੋਣ ਕਮਿਸ਼ਨਰ ਦੀ ਨਿਯੁਕਤੀ ਇਹ ਸਾਫ਼ ਤੌਰ ਤੇ ਇਸ਼ਾਰਾ ਵੀ ਕਰਦੀ ਹੈ ਕਿ ਕਿਤੇ ਨਾ ਕਿਤੇ ਹੁਣ ਜਲਦੀ ਜਿਹੜੀਆਂ ਚੋਣਾਂ ਉਹ ਹੋਣ ਜਾ ਰਹੀਆਂ ਨੇ ਤੇ ਸੇਵਾ ਸਿੰਘ ਸੇਖਵਾ ਇਲਜ਼ਾਮ ਲਗਾ ਰਹੇ ਨੇ ਸੇਵਾ ਸਿੰਘ ਸੇਖਵਾ ਦੇ ਵੱਲੋਂ ਘੇਰਿਆ ਜਾ ਰਿਹਾ ਹੈ ਬਾਦਲ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਸੇਵਾ ਸਿੰਘ ਸੇਖਵਾ ਦੇ ਵੱਲੋਂ ਇਹ ਵੱਡੀ ਸਟੇਟਮੈਂਟ ਦਿੱਤੀ ਗਈ ਹੈ ਦਰਅਸਲ ਨਿਊਜ਼ 18 ਦੇ ਨਾਲ ਐਕਸਕਲੂਸਿਵ ਗੱਲਬਾਤ ਕੀਤੀ ਸੇਵਾ ਸਿੰਘ ਸੇਖਵਾ ਨੇ ਤੇ ਇਸ ਐਸਜੀਪੀਸੀ ਚੋਣਾਂ ਨੂੰ ਲੈ ਕੇ ਗੱਲਬਾਤ ਹੋਈ ਐਸਜੀਪੀਸੀ ਚੋਣਾਂ ਨੂੰ ਲੈ ਕੇ ਕੀ ਤਿਆਰੀ ਹੈ ਕਿਸ ਤਰੀਕੇ ਨਾਲ ਹੁਣ ਸੇਵਾ ਸਿੰਘ ਸੇਖਵਾ ਦੇ ਵੱਲੋਂ ਇਸ ਪੂਰੇ ਮੁੱਦੇ ਨੂੰ ਚੱਕਿਆ ਜਾਏਗਾ ਐਸਜੀਪੀਸੀ ਦੇ ਨਾਲ ਵੀ ਉਹ ਜੁੜੇ ਹੋਏ ਨੇ ਤਾਂ ਸਵਾਲ ਤਾਂ ਇਹੀ ਹੈ ਕਿ ਹੁਣ ਅੱਗੇ ਦੀ ਰੂਪਰੇਖਾ ਕੀ ਹੋਏਗੀ ਤੁਹਾਨੂੰ ਸੁਣਵਾਉਂਦੇ ਹਾਂ ਸੇਵਾ ਸਿੰਘ ਸੇਖਵਾ ਕੀ ਕਹਿ ਰਹੇ ਬਿਲਕੁਲ ਇਹ ਗੱਲ ਗਲਤ ਆ ਪਹਿਲੀ ਗੱਲ ਤਾਂ ਇਹ ਵੀ ਉਹਨਾਂ ਕੋਲ ਹੋਰ ਕਹਿਣ ਨੂੰ ਕੁਛ ਨਹੀਂ ਜਿਹੜਾ ਵੀ ਜੇ ਤਾਂ ਅਸੀਂ ਬਾਦਲ ਸਾਹਿਬ ਦੇ ਸੋਹਲੇ ਗਾਈਏ ਫਿਰ ਤਾਂ ਅਸੀਂ ਪੰਥਕ ਅਤੇ ਜੇ ਅਸੀਂ ਬਾਦਲ ਸਾਹਿਬ ਨੂੰ ਕਹੀਏ ਬਾਦਲ ਸਾਹਿਬ ਤੁਹਾਡੇ 'ਚ ਆ ਨੁਕਸ ਆ ਤਾਂ ਫਿਰ ਅਸੀਂ ਕਾਂਗਰਸੀ ਜਿੱਡੀ ਵੱਡੀ ਕੁਰਬਾਨੀ ਮੇਰੇ ਪਰਿਵਾਰ ਦੀ ਆ ਮੈਂ ਤਾਂ ਕਈ ਚੈਨਲਾਂ 'ਤੇ ਇਹ ਗੱਲ ਕਹੀ ਆ ਕਿ ਬਾਦਲ ਸਾਹਿਬ ਦੀ ਜੇਲ੍ਹ ਨਾਲੋਂ ਮੇਰੇ ਪਿਤਾ ਜੀ ਦੀ ਜੇਲ੍ਹ ਵੱਧ ਆ ਸਾਡੀ ਕੁਰਬਾਨੀ ਵੱਧ ਆ ਸਾਡੇ ਪਰਿਵਾਰ ਦੀ ਮੇਰੀ ਜੇਲ੍ਹ ਸੁਖਬੀਰ ਨਾਲੋਂ ਵੱਧ ਆ ਸੁਖਬੀਰ ਤਾਂ ਇੱਕ ਦਿਨ ਵੀ ਜੇਲ੍ਹ ਨਹੀਂ ਗਿਆ ਫਿਰ ਕਿਹੜੀ ਕੁਰਬਾਨੀ ਦੀ ਇਹ ਆਪਣੇ ਗੱਲ ਕਰਦੇ ਆ ਸੋ ਅਸੀਂ ਇਹ ਜਿਹੜੀ ਸਾਡੇ 'ਤੇ ਤੋਹਮਤ ਲਾਉਂਦੇ ਆ ਵੀ ਇਹ ਕਾਂਗਰਸੀ ਆ ਕਾਂਗਰਸੀਆਂ ਦੇ ਘਰੀ ਰਿਸ਼ਤੇਦਾਰੀਆਂ ਤਾਂ ਬਾਦਲ ਸਾਹਿਬ ਨੇ ਬਣਾਈਆਂ ਜੇ ਆਪਣੀ ਬੇਟੀ ਦੀ ਸ਼ਾਦੀ ਕੀਤੀ ਤਾਂ ਕਾਂਗਰਸੀਆਂ ਦੇ ਘਰ ਜੇ ਸੁਖਬੀਰ ਦੀ ਸ਼ਾਦੀ ਕੀਤੀ ਤਾਂ ਕਾਂਗਰਸੀਆਂ ਦੇ ਘਰ ਜੇ ਲੈਣ ਦੇਣ ਨੇ ਇਹਨਾਂ ਨੇ ਤਾਂ ਕਾਂਗਰਸੀਆਂ ਨਾਲ ਅਤੇ ਇਹ ਸਾਨੂੰ ਕਾਂਗਰਸੀ ਆਉਂਦੇ ਆ ਅਸੀਂ ਪੰਥਕ ਲੋਕ ਹਾਂ ਇਹ ਲੋਕ ਕਾਂਗਰਸ ਦੀ ਸ਼ਹਿਰ 'ਤੇ ਚੱਲਣ ਅੱਜ ਕਿਹਨੂੰ ਨਹੀਂ ਪਤਾ ਵੀ ਬਾਦਲ ਪਰਿਵਾਰ ਅਤੇ ਅਮਰਿੰਦਰ ਦਾ ਪਰਿਵਾਰ ਜਿਹੜਾ ਇਹ ਸਾਰੀਆਂ ਗੋਟੀਆਂ ਇਹਨਾਂ ਦੀਆਂ ਇਕੱਠੀਆਂ ਕਿਹੜੀਆਂ ਇਹਨਾਂ ਦੀਆਂ ਨੇ ਕਿਹਨੂੰ ਭੁਲੇਖਾ ਇਸ ਗੱਲ ਦਾ ਸੋ ਇਸ ਕਰਕੇ ਇਹ ਬਲੇਮ ਇਹ ਸਿਰਫ ਇਸ ਕਰਕੇ ਕਿਹਾ ਜਾਂਦਾ ਕਿ ਸਾਡੇ ਖਿਲਾਫ ਇਹਨਾਂ ਕੋਲ ਕਹਿਣ ਨੂੰ ਹੋਰ ਕੁਛ ਨਹੀਂ ਤਾਂ ਟਕਸਾਲੀ ਆਗੂ ਸੇਵਾ ਸਿੰਘ ਸੇਖਵਾ ਵਰਦੇ ਹੋਏ ਨਜ਼ਰ ਆ ਰਹੇ ਨੇ ਖਾਸ ਤੌਰ ਤੇ ਬਾਦਲ ਪਰਿਵਾਰ ਦੇ ਉੱਤੇ ਸਿੱਧਾ ਰੁਖ ਕਰਦੇ ਮੇਰੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ ਨਪਿੰਦਰ ਬਰਾੜ ਬਿਊਰੋ ਚੀਫ ਨਿਊਜ਼ 18 ਪੰਜਾਬ ਦੇ ਉਹਨਾਂ ਦਾ ਰੁਖ ਕਰਦੇ ਹਾਂ ਨਪਿੰਦਰ ਨੇ ਪੂਰੀ ਗੱਲਬਾਤ ਕੀਤੀ ਹੈ ਸੇਵਾ ਸਿੰਘ ਸੇਖਵਾ ਦੇ ਨਾਲ ਨਪਿੰਦਰ ਇੱਕ ਸਿੱਧਾ ਜਿਹਾ ਸਵਾਲ ਤਾਂ ਇਸ ਸਮੇਂ ਜ਼ਰੂਰ ਬਣਦਾ ਹੈ ਕਿ ਐਸਜੀਪੀਸੀ ਚੋਣਾਂ ਦੀ ਦਸਤਕ ਦੇ ਵਿਚਾਲੇ ਬਾਦਲ ਪਰਿਵਾਰ ਦੇ ਉੱਤੇ ਨਿਸ਼ਾਨੇ 2022 ਦੀਆਂ ਚੋਣਾਂ ਦੇ ਵਿਚਾਲੇ ਬਾਦਲ ਪਰਿਵਾਰ ਦੇ ਉੱਤੇ ਨਿਸ਼ਾਨੇ ਕਿਤੇ ਨਾ ਕਿਤੇ ਸਿਆਸਤ ਨੂੰ ਵੀ ਗਰਮਾ ਰਹੇ ਨੇ ਸਮਝਣਾ ਚਾਹਾਂਗੇ ਸੇਵਾ ਸਿੰਘ ਸੇਖਵਾ ਕਿਹੜੇ ਮੁੱਦਿਆਂ ਨੂੰ ਲੈ ਕੇ ਇਸ ਸਮੇਂ ਐਸਜੀਪੀਸੀ ਚੋਣਾਂ ਜਾਂ ਫਿਰ ਬਾਦਲ ਪਰਿਵਾਰ ਨੂੰ ਘੇਰ ਰਹੇ
पर देखो सीधे तौर पर स्पष्ट इस गल कोई दो राय नहीं कि जिथे एस जी पी सी की गल होगी जिथे अकाली दल के जे मौजूदा हालातों की गल होगी उत्थे बादल परिवार से हमले जोड़े किए जाएंगे। एस जी पी सी सीधे तौर पर बादल परिवार ने जोड़ के हूँ देखा जा रहा है क्योंकि पिछले लंबे समय तो अकाली दल तो जोड़ा है बादल परिवार का दावा जोड़ा बादल परिवार का इल्जाम है कि उन्होंने कब्जा और बादल परिवार पहला बादल साहब खुद उस तो बाद उन्होंने पुत्र प्रधान बन जाते हैं तो अजिहे दे विच जिहड़े लीडर वक् होए ने असल दे विच कहानी सारी यही सी कि जदों वक् होए ने तो प्रधानगी दे इशू तो या सुखबीर सिंह बादल की अगवाई है जिहड़ी वो इन्हां सीनियर लीडरां नूं जिहड़ी हैगी कि कितने कितने मंजूर नहीं सी और जिहड़े हुण एस जी पी सी की गल करदे ने तो हमेशा जदों असीं देखिया गौरव तुहाडे ज़हन दे विच सारी चीज़ां होणगियां कि जदों वक् होए ने तो इन्होंने उस वेले तो चर्चा शुरू कर दी सी कि साडा पहला निशाना एस जी पी सी होएगा पर क्योंकि बीजेपी के नाल गठजोड़ सी और केंद्र दे विच हाले तक केंद्रीय गृह मंत्रालय के वालों जिहड़ा हैगा इलैक्शन कमीशन की जिहड़ी हैगी है गुरुद्वारा इलैक्शन कमीशन की जिहड़ी हैगी नियुक्ति नहीं की गई सी तो लटकता आ रहा सी मुद्दा और जिहड़े विरोधी ने जिहड़े अकाली दल तो वक् होए सी बादल अकाली दल तो वो कहिंदे ने कि असीं वक् होए वो कहिंदे ने कि असीं अकाली दल तो जदों वक् होए तो उदों तो ही उन्हां दा निशाना यही सी एच एस फूलका सामने आते हैं एच एस फूलका भी कहते हैं कि एस जी पी सी साडा निशाना चाहे जेडे ब्रह्मपुरा हो कहते हैं साडा निशाना सेवा सिंह सेखवा कहते हैं और सुखदेव सिंह ढीडसा कहते हैं तो सारे जिन्हें भी अकाली दल के विरोधी से उन्होंने पहला निशाना हूँ यही बन गया कि एस जी पी सी और हूँ मुद्दे सीधे तौर पर पहला हमला करते हैं बेअदबी मामले में लैके सेवा सिंह सेखवा ही कहते हैं कि असी क्योंकि खुद देखो अज सेवा सिंह सिखवाणी बोलते हैं पर उस वेले सरकार दे सारे हिस्सेदार सीगे उस पार्टी की सरकार सी और उस पार्टी के सारे हिस्सेदार सी ये तो जदों ये पूरे जिहड़े ने मामले सामने आए सीगे तो कहिंदे ने कि असीं खुद मानदे हाँ अज तो खुद नूं मानदे हाँ खुद के इल्जाम जिहड़े हैगे नाल ला के अकाली दल नूं घेर रहे ने बेअदबी का मसला चुकते हैं और जिहड़े सरूप चोरी होए ने जां सरूप गायब होए ने सरूप गायब होने का मसला लैके आ रहे हैं और इस तो अलावा होर कई तरह के कपड़े होने का इल्जाम ला रहे हैं कि जिन्हें कपड़े होए ने सीधा तारा जोड़ते हैं एस जी पी सी के राही बादल परिवार के नाल तो एक कई मुद्दे ने जिन्होंने अब विरोधी ने अकाली दल बादल जोड़ा है घेरन की तैयारी के करो बिल्कुल घेर रहे हैं बिल्कुल घेर रहे हैं। मैं एक बार फिर तो सुनवाने नरिंदर साढ़े बने रहो मैं थोड़े को वापस आवांगा सेवा सिंह सेखवा खास तौर पर रिश्तेदारियों लैके की कुछ कह रहे हैं अकाली दल कांग्रेस को लैके हालांकि यह भी खास है जिवें नरिंदर भी जिक्र कर रहे थे कि थोड़ी देर पहला तक थोड़े चिर पहला तक सेखवा भी अकाली दल के नाल सी पर हुण अकाली दल घेर रहे हैं अकाली दल कांग्रेस की मिलीभुगत खास तौर पर बादल परिवार से कांग्रेस की मिलीभुगत करार दी जा रही है सुनवाने तुम्हें की कुछ कह रहे हैं सेवा सिंह सेखवा बिल्कुल गल गलत आ पहली गल तो यह भी उन्होंने कोर कह कुछ नहीं जोड़ा भी जे तो अं बादल साहब के सोले गाइए फिर तो अं पंथक तो जे अं बादल साहब न कही बादल साहब थोड़े चार नुकसा तो फिर अं कांग्रसी जिड़ी वीडी कुरबानी मेरे परिवार की आ मैं तो कई चैनल तो यह गल कही है कि बादल साहब की जेल नालों मेरे पिता जी की जेल वाध्या साड़ी कुरबानी वाध्या साढ़े परिवार की मेरी जेल सुखबीर नालों वाधा सुखबीर तो एक दिन भी जेल नहीं गया फिर कि कुरबानी की अपने गल करते सो असी ये जी साडे ते तोहमत लाउंदे आ भी यह कांग्रसी आ कांग्रसियां दे घरी रिश्तेदारियां तो बादल साहब ने बनाईयां जे अपनी बेटी की शादी की तो कांग्रसियां दे घर जे सुखबीर की शादी की तो कांग्रसियां दे घर जे लैण देण ने इन्हां ने तो कांग्रसियां ना तो ये सानू कांग्रसियां दे असी पंथक लोग हाँ ये लोग कांग्रेस की शह से चलन अज किनू नहीं पता भी बादल परिवार तो अमरिंदर का परिवार जोड़ा ये सारिया गोटियां इन्हों कट्ठिया खेडिया ने किनू भुलेखा इस गल का सो इस करके ये ब्लेम बल ये सिर्फ इस करके कहा जाता कि साढ़े खिलाफ इन्हों को कहने होर कुछ नहीं तो रिश्तेदारियों का जिक्र होया पर सेवा सिंह सेखवा इतने ही नहीं रुके सेवा सिंह सेखवा के वालों निशाने तो एस जी पी सी लैके भी लगाए गए लंगर तक का जिक्र किया गया कि लंगर के भी घपले किए गए हैं जे वड्डा हमला सेवा सिंह सेखवा का श्रोमणी अकाली दल के प्रधान बादल परिवार के उत्ते सीधे तौर के उत्ते सेवा सिंह सेखवा दे अकाली दल के निशाने किस तरीके वो भी तुम दस रहे हैं बादल धड़ा भरोसे योग्यता गवा चुका है यह सेवा सिंह सेखवा कह रहे हैं उन्होंने कहा कि बादल धड़े की धार्मिक खेत्र के बदनामी हुई है लंगर को लेकर भी घपले किए गए हैं लोगों के मन के बादल धड़े को लेकर गुस्सा है सेखवा यह कहते नजर आए हैं उन्होंने कहा कि लोग बादल धड़े को एस जी पी सी तो लांबे करने काले ने तो एस जी पी सी चोणा देखो इस समय बहुत जिक्र है पर अकाली दल के उत्ते बहुत हमलावर ने इस समय सेवा सिंह सेखवा सुनाने तुम्हें की कुछ कह रहे हैं सेखवा
ਉਹਨਾਂ ਨੂੰ ਅਕਾਲੀ ਦਲ ਬਾਦਲ ਨੂੰ ਇਹ ਡਰ ਸਤਾ ਰਿਹਾ ਆ ਕਿ ਜਿੰਨੀ ਉਹਨਾਂ ਦੀ ਬਦਨਾਮੀ ਹੋ ਗਈ ਆ ਨਾ ਆਪਣੇ ਧਾਰਮਿਕ ਖੇਤਰ 'ਚ, ਉਹ ਭਾਵੇਂ ਬਰਗਾੜੀ ਵਾਲਾ ਮਸਲਾ ਸੀ, ਭਾਵੇਂ ਬੇਅਦਬੀਆਂ ਵਾਲਾ ਮਸਲਾ ਸੀ, ਅਤੇ ਭਾਵੇਂ ਹੁਣ ਇਹ 328 ਸਰੂਪਾਂ ਦੇ ਗੁੰਮ ਹੋਣ ਦਾ ਮਸਲਾ ਆ, ਜਾਂ ਜਿੰਨੇ ਵੀ ਘਪਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਸਾਡੇ ਸਾਹਮਣੇ ਆਏ ਆ ਕਿ 15-15 ਕਰੋੜ ਦਾ ਇੱਕ ਇੱਕ ਪੰਡਾਲ ਲੱਗਾ ਜਦੋਂ ਗੁਰੂ ਮਹਾਰਾਜ ਦਾ, ਗੁਰੂ ਨਾਨਕ ਸਾਹਿਬ ਦਾ ਅਸੀਂ ਸ਼ਤਾਬਦੀ ਮਨਾ ਰਹੇ ਸਾਂ, ਅਤੇ ਕਿਵੇਂ ਆ ਕਰੋਨਾ ਜਦੋਂ ਆਇਆ ਆ ਅਤੇ ਅਨੰਦਪੁਰ ਸਾਹਿਬ ਵਿੱਚ ਇੱਕ ਘਪਲਾ ਸਾਹਮਣੇ ਆਇਆ ਕਿ 12 ਲੱਖ ਦੀਆਂ ਜਿਹੜੀਆਂ ਸਬਜ਼ੀਆਂ ਨੇ ਉਹ ਖਰੀਦੀਆਂ ਜਦੋਂ ਕਿ ਲੰਗਰ ਬਣਿਆ ਹੀ ਨਹੀਂ। ਸੋ ਇਹੋ ਜਿਹੀਆਂ ਗੱਲਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪੁਜੀਸ਼ਨ ਆ ਉਹ ਖਾਲਸਾ ਪੰਥ 'ਚ ਸਿੱਖਾਂ 'ਚ ਬੜੀ ਹਾਸੋਹੀਣੀ ਬਣੀ ਹੋਈ ਆ, ਅਤੇ ਲੋਕ ਇਹਨਾਂ ਦੇ ਮਨ ਕਰਕੇ ਵਿਰੋਧੀ ਹੋਏ ਆ, ਅਤੇ ਲੋਕ ਚਾਹੁੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਤਾਂ ਸੇਵਾ ਸਿੰਘ ਸੇਖਵਾਂ ਦੇ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ ਨੇ। ਇਸ ਸਮੇਂ ਸਾਡੇ ਨਾਲ ਨਪਿੰਦਰ ਜੁੜੇ ਹੋਏ ਨੇ ਅਤੇ ਨਾਲ ਹੀ ਸਾਡੇ ਨਾਲ ਅਕਾਲੀ ਦਲ ਦੇ ਸੀਨੀਅਰ ਆਗੂ, ਸਾਬਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਜੀ ਵੀ ਜੁੜ ਗਏ ਨੇ। ਚੀਮਾ ਸਾਹਿਬ ਸਵਾਗਤ ਹੈ ਤੁਹਾਡਾ। ਫਸਟ ਰਿਐਕਸ਼ਨ ਚਾਹਾਂਗੇ ਜਿਸ ਤਰੀਕੇ ਨਾਲ SGPC ਚੋਣਾਂ ਨੂੰ ਲੈ ਕੇ ਹਲਚਲ ਹੈ, ਅਤੇ ਇਸ ਵਿਚਾਲੇ ਜਿਹੜੇ ਸੇਵਾ ਸਿੰਘ ਸੇਖਵਾਂ ਤੁਹਾਡੇ ਪੁਰਾਣੇ ਸਾਥੀ ਨੇ, ਬਹੁਤ ਹਮਲਾਵਰ ਨੇ, ਰਿਸ਼ਤੇਦਾਰੀਆਂ ਨੂੰ ਲੈ ਕੇ ਕਾਂਗਰਸ ਦੇ ਨਾਲ ਮਿਲੀ ਭੁਗਤ ਦੇ ਇਲਜ਼ਾਮ, ਲੰਗਰ ਦੇ ਵਿੱਚ ਘਪਲੇ ਦੇ ਇਲਜ਼ਾਮ, ਇਸ ਤਰੀਕੇ ਦੇ ਬਿਆਨ ਉਹਨਾਂ ਦੇ ਵੱਲੋਂ ਦਿੱਤੇ ਜਾ ਰਹੇ ਨੇ। ਚੀਮਾ ਸਾਹਿਬ, ਦੇਖੋ ਗੱਲ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਵੀ ਸੇਖਵਾਂ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਜਿੱਤੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਇਸ ਕਰਕੇ ਇਹਨਾਂ ਨੂੰ ਪਹਿਲਾਂ ਤੇ ਜੇ ਇੰਨੇ ਇਹਨਾਂ ਦੇ ਅੰਦਰ ਐਥਿਕਸ ਹੋਣ ਤੇ ਘੱਟੋ ਘੱਟ ਪਹਿਲਾਂ ਅਸਤੀਫਾ ਤਾਂ ਦੇ ਦਿਆ ਕਰ ਜਿਹੜੀ ਪਾਰਟੀ ਦੀ ਟਿਕਟ ਤੋਂ ਜਿੱਤਦੇ ਆ। ਨਾ ਢੀਂਡਸਾ ਸਾਹਿਬ ਨੇ ਰਾਜ ਸਭਾ ਤੋਂ ਦਿੱਤਾ, ਨਾ ਪਰਮਿੰਦਰ ਸਿੰਘ ਢੀਂਡਸਾ ਨੇ MLA ਤੋਂ ਦਿੱਤਾ, ਨਾ ਸੇਵਾ ਸਿੰਘ ਸੇਖਵਾਂ ਨੇ ਦਿੱਤਾ। ਗਾਲਾਂ ਸਾਰਾ ਦਿਨ ਸ਼੍ਰੋਮਣੀ ਅਕਾਲੀ ਦਲ ਨੂੰ ਕੱਢਦੇ ਰਹਿੰਦੇ। ਪਹਿਲਾਂ ਜਿਹੜੀ ਪਾਰਟੀ ਦੀ ਟਿਕਟ ਦੇ ਉੱਤੇ ਸੰਗਤ ਨੇ ਇਹਨਾਂ ਨੂੰ ਚੁਣ ਕੇ ਭੇਜਿਆ ਕਿ ਉਦੋਂ ਲੋਕਾਂ ਨੇ ਵੋਟਾਂ ਸੇਵਾ ਸਿੰਘ ਸੇਖਵਾਂ ਨੂੰ ਪਾਈਆਂ ਸੀ ਕਿ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੇਖਵਾਂ ਸਾਹਿਬ ਵਾਸਤੇ ਜਾ ਕੇ ਪ੍ਰਚਾਰ ਨਹੀਂ ਸੀ ਕੀਤਾ ਕਿ ਉਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਇਹਨਾਂ ਬੁਲਾ ਬੁਲਾ ਕੇ ਸਟੇਜਾਂ 'ਤੇ ਨਹੀਂ ਸੀ ਬੁਲਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੈ, ਤੁਸੀਂ ਜ਼ਰੂਰ ਆਓ ਮੇਰੇ ਹਲਕੇ 'ਚ ਆ ਕੇ ਅਤੇ ਸਮਾਗਮ ਕਰਕੇ ਜਾਓ। ਮੈਂ ਸਮਝਦੇ ਹੈਰਾਨੀ ਹੁੰਦੀ ਹੈ ਮੈਨੂੰ ਦੇਖ ਕੇ ਜਦੋਂ ਇਹ ਲੋਕੀ ਜਿਹੜੇ ਆ ਐਥਿਕਸ ਦੀ ਗੱਲ ਕਰਦੇ ਆ ਕਿ ਸਾਡੇ ਤਾਂ ਜੀ ਅਸੂਲ ਬਹੁਤ ਵੱਡੇ ਆ, ਅਸੀਂ ਸਿਰਫ ਉਹਨਾਂ ਲੋਕਾਂ ਨੂੰ ਇਲੈਕਸ਼ਨ ਲੜਾਵਾਂਗੇ ਜਿਹੜੇ ਧਾਰਮਿਕ ਖੇਤਰ ਦੇ ਆ, ਪੋਲੀਟੀਕਲ ਬੰਦਾ ਕੋਈ ਨਹੀਂ ਆਊਗਾ। ਤੇ ਤੁਸੀਂ ਸਾਰਾ ਦਿਨ TV ਤੇ ਕੋਈ ਧਾਰਮਿਕ ਗੱਲ ਤੇ ਕਰਦੇ ਨਹੀਂ, ਸਾਰਾ ਦਿਨ ਰਾਜਨੀਤਿਕ ਹੀ ਇੱਥੇ ਆ ਕੇ ਪਾਠ ਕਰਦੇ। ਜੇ ਇੰਨਾ ਹੀ ਤੁਹਾਨੂੰ ਹੈ ਵੀ ਬਿਲਕੁਲ ਨਹੀਂ ਹੋਣਾ ਚਾਹੀਦਾ ਫਿਰ ਤੁਸੀਂ ਤਾਂ ਘਰ ਬਹਿਜੋ ਘੱਟੋ ਘੱਟ, ਤੁਸੀਂ ਕੋਈ ਸਾਡਾ ਕੋਈ ਸ਼੍ਰੋਮਣੀ ਕਮੇਟੀ 'ਚ ਲੈਣਾ ਦੇਣਾ ਨਹੀਂ। ਗੁਰਦੁਆਰਾ ਮਸਤੂਆਣਾ ਸਾਹਿਬ ਦੋ ਗੱਲਾਂ ਕਹਿ ਰਹੇ ਨੇ, ਦੇਖੋ ਇੱਕ ਜੀ ਜੀ ਇੱਕ ਤਾਂ ਅਸਤੀਫੇ ਨੂੰ ਲੈ ਕੇ ਕਹਿੰਦੇ ਨੇ ਕਿ ਸਾਨੂੰ ਤਾਂ ਲੋਕਾਂ ਨੇ ਵੋਟਾਂ ਪਾਈਆਂ, ਤੇ ਦੂਜੀ ਗੱਲ ਜਿਹੜੀ ਇਸ ਸਮੇਂ ਟਕਸਾਲੀ ਹੋਣ ਜਾਂ ਜਿਹੜੀਆਂ ਹੋਰ ਧਿਰਾਂ ਹੈਗੀਆਂ ਚਾਹੇ ਤੁਹਾਡੇ ਤੋਂ ਵੱਖ ਹੋਈਆਂ ਹੋਣ, ਉਹ ਕਹਿ ਰਹੇ ਨੇ ਕਿ ਅਸੀਂ ਇਹ ਰੂਲ ਬਣਾ ਦੇਣਾ ਕਿ ਜਿਹੜਾ SGPC ਦੀ ਧਾਰਮਿਕ ਚੋਣਾਂ ਦੇ ਵਿੱਚ ਜਾ ਕੇ ਖੜਾ ਹੋ ਗਿਆ ਉੱਥੇ ਲੜਿਆ ਤਾਂ ਉਹ ਦੂਜੀਆਂ ਅਸੈਂਬਲੀ ਚੋਣਾਂ ਜਾਂ ਪੋਲੀਟੀਕਲ ਚੋਣਾਂ ਦੇ ਵਿੱਚ ਜਾ ਕੇ ਨਹੀਂ ਲੜੇਗਾ, ਯਾਨੀ ਕਿ ਦੋਵੇਂ ਚੀਜ਼ਾਂ ਨੂੰ ਵੱਖ ਵੱਖ ਕਰਾਂਗੇ। ਬਾਦਲ ਪਰਿਵਾਰ ਨੇ ਜਾਂ ਅਕਾਲੀ ਦਲ ਨੇ ਇਸ ਨੂੰ ਨਹੀਂ ਕੀਤਾ। ਨਹੀਂ ਦੇਖੋ ਪਹਿਲਾਂ ਸੇਖਵਾਂ ਸਾਹਿਬ ਨੂੰ ਪੁੱਛੋ ਵੀ ਉਸ ਵੇਲੇ ਦੋਨੇ ਚੋਣਾਂ ਕਿਉਂ ਲੜੀਆਂ ਸੀ, ਇਹ ਸ਼੍ਰੋਮਣੀ ਕਮੇਟੀ ਦੀ ਚੋਣ ਵੀ ਲੜੀ ਸੀ ਤੇ MLA ਦੀ ਚੋਣ ਵੀ ਲੜੀ ਸੀ, ਉਸ ਵੇਲੇ ਇਹ ਰੂਲ ਨਹੀਂ ਸੀ ਚਾਹੀਦਾ, ਉਸ ਵੇਲੇ ਕਿਉਂ ਜਾ ਫਿਰ ਮਸਤੂਆਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ, ਉਹ ਅੱਜ ਵੀ ਪ੍ਰਧਾਨਗੀ ਕਾਇਮ ਹੈ ਮਸਤੂਆਣਾ ਸਾਹਿਬ ਗੁਰਦੁਆਰਾ ਸਾਹਿਬ ਦੀ, ਸਾਰੀਆਂ ਉਹਨਾਂ ਦੇ ਜਿੰਨੇ ਟਸਤੇ ਖਾਲਜ ਨੇ ਦੂਜੇ ਨੇ, ਤੇ ਅੱਜ ਵੀ ਘੱਟੋ ਘੱਟ ਫਿਰ ਪਹਿਲਾਂ ਉਸ ਪਾਸੇ ਕਿਉਂ ਨੀ ਇੱਕ ਪਾਸੇ ਤੋਂ ਅਸਤੀਫਾ ਦੇ ਦਿਆ ਕਰਨਾ। ਲੜਨਾ ਜਦੋਂ ਇਲੈਕਸ਼ਨ ਹੈ ਉਦੋਂ ਪਾਰਟੀ ਤੋਂ ਟਿਕਟਾਂ ਲੈ ਕੇ ਲੜਨਾ, ਫਿਰ ਇਕੱਲੀ ਖੜਦੇ ਪਤਾ ਲੱਗਦਾ ਲੋਕਾਂ ਨੂੰ ਕਿ ਸੇਵਾ ਸਿੰਘ ਸੇਖਵਾਂ ਦੀ ਸ਼ਖਸੀਅਤ ਕਿੱਥੇ ਖੜੀ ਆ, ਫਿਰ ਪਾਰਟੀ ਤੋਂ ਟਿਕਟਾਂ ਲੈਣ ਦੀ ਕੀ ਲੋੜ ਸੀ। ਤੇ ਅੱਜ ਵੀ ਘੱਟੋ ਘੱਟ ਜੇ ਗੱਲ ਕਰਨੀ ਹੈ ਤੇ ਪਾਰਟੀ ਦਾ ਜਿਹੜੀ ਜ਼ਿੰਮੇਵਾਰੀ ਜੇਬ 'ਚ ਪਾ ਕੇ ਤੁਸੀਂ ਪਾਰਟੀ ਨੂੰ ਗਾਲਾਂ ਤੇ ਨਾ ਕੱਢੋ, ਇਸ ਤੋਂ ਵੱਡੀ ਬੇਈਮਾਨੀ ਕਿਹੜੀ ਹੋ ਗਈ ਹੈ ਕਿ ਸਿੱਖੀ ਇਹ ਅਲਾਓ ਕਰਦੀ ਹੈ ਐਥਿਕਸ? ਠੀਕ ਹੈ, ਜੇ ਸਿੱਖ ਧਰਮ ਦੀ ਗੱਲ ਕਰਦੇ ਆ ਬੜੇ ਵੱਡੇ ਆਪਣੇ ਆਪ 'ਚ ਬਣ ਕੇ ਅਸੀਂ ਬਹੁਤ ਹੀ ਕੀ ਇਸ ਚੀਜ਼ ਦੀ ਇਜਾਜ਼ਤ ਦਿੰਦੀ ਹੈ ਸਿੱਖੀ ਇਹਨਾਂ ਨੂੰ ਕਿ ਜਿਸ ਪਾਸਿਓਂ ਜਿਸ ਪਾਰਟੀ ਦੇ ਨਾਂ ਦੇ ਉੱਤੇ ਤੁਸੀਂ ਵੋਟਾਂ ਲਈਆਂ ਤੇ ਉਸੇ ਪਾਰਟੀ ਦੇ ਖਿਲਾਫ ਜਿਹੜੀ ਆ ਉਹ ਤੁਸੀਂ ਸਾਰਾ ਦਿਨ ਗੱਲਾਂ ਕਰਦੇ ਰਹੋ, ਪਹਿਲਾਂ ਅਸਤੀਫੇ ਤਾਂ ਦੇ ਦਿੰਦੇ ਘੱਟੋ ਘੱਟ। ਠੀਕ ਹੈ ਠੀਕ ਹੈ। ਚੀਮਾ ਸਾਹਿਬ ਸਾਡੇ ਨਾਲ ਤੁਸੀਂ ਰਿਹੋ ਫੋਨ ਦੇ ਉੱਤੇ, ਇਸ ਸਮੇਂ ਸਾਡੇ ਨਾਲ ਪਰਮਿੰਦਰ ਸਿੰਘ ਢੀਂਡਸਾ ਵੀ ਜੁੜ ਚੁੱਕੇ ਨੇ, ਵਿਧਾਇਕ ਨੇ ਤੇ ਸੁਖਦੇਵ ਸਿੰਘ ਢੀਂਡਸਾ ਦੇ ਬੇਟੇ ਨੇ। ਪਰਮਿੰਦਰ ਜੀ ਬਹੁਤ ਬਹੁਤ ਸਵਾਗਤ ਹੈ। ਸੇਵਾ ਸਿੰਘ ਸੇਖਵੀ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਉਹ ਕਹਿ ਰਹੇ ਨੇ ਕਿ ਅਕਾਲੀ ਦਲ ਦੀ ਭਰੋਸੇਯੋਗਤਾ ਖਤਮ ਹੋ ਚੁੱਕੀ ਹੈ ਤੇ ਇਲੈਕਸ਼ਨ ਨੂੰ ਲੈ ਕੇ ਉਹ ਬਹੁਤ ਸਾਰੇ ਜਿਹੜੇ ਇਲਜ਼ਾਮ ਤਰਾਸ਼ੀਆਂ ਇਸ ਸਮੇਂ ਜਾਰੀ ਨੇ।
पर चीमा जी भी साडे नाल जुड़े ने। चीमा जी कह रहे हैं कि जेकर इन्नी ज्यादा अकाली दल दे नाल दिक्कत है तो जिहड़ी पार्टी की टिकटां दे उत्ते चोणां लड़े हो उसी उत्थों अस्तीफा पहलां क्यों नहीं दिंदे, उत्थों अस्तीफा दे के उस तो बाद जिहड़ियां तुसीं पार्टी के खिलाफ गल्लां बोलणियां या जो बयान देने उह दवो, कि क्यों तुसीं एक पासे प्रधानगी भी रखते हो और ढींडसा साहब का भी जिक्र कर रहे थे कि मस्तुआणा साहब गुरुद्वारा दे प्रधानगी उन्हां दे कोल है ते दूजे पासे राज्यसभा की मैंबरशिप भी है। परमिंदर जी देखो गल यह है जे असी सवाल करने उन्होंने इन्हों को कोई जवाब नहीं है। इस शेखा साहब गल बिल्कुल सही कही है भी इन्हों की भरोसेयोगता खत्म हो चुकी है ते सानू तां कोई आस नहीं सी भी जिहड़ी एसजीपीसी दी चोणां हो गईआं ते क्योंकि ये जिहड़ा ना जिहड़ा है गए हुए सीगे तकरीबन पिछले साल के अज तों 12 महीने पहला जिहड़ा है सरकार ने भेजे सी भी अपॉइंटमेंट बॉक्स पर अकाली दल बादल के प्रेशर थले बीजेपी ने यह जरा कोई ना जरा अप्रूव नहीं किया वास्ते जो इलेक्शन गुरुद्वारा इलेक्शन कमीशन के चीफ कमिश्नर ने यह तो हूँ जब इन्हों की आपस घट घट हुई है तो कि जाके उन्होंने किया है सो यह इन्हों मनना चाहिए भी यह हूं तक जो इलेक्शन नहीं हुई वह इन्होंने जो बादल दल है इन्होंने सारा रिश्ते लड़ाई हुई इन्होंने केंद्र को कह के सारा रुकया हुआ है पर हुण क्योंकि चीफ कमिश्नर अपॉइंट हुए ने लोगों ने कुछ आस बची है भी शायद अगले साल चोणा हो पर फिर भी मैं यह है भी शंके लोगों अज भी बहुत वड्डे ने भी क्योंकि इस तरह की बादल परिवार की कैप्टन अमरिंदर सिंह जी की जो आपसी नेड़ता जग जाहर है लोगों शायद हुण भी कोई ना कोई पंजाब सरकार या किसी ना किसी रूप से इलेक्शन के रिचण लाने की कोशिश करेंगे कि ये चोणा जिहड़ियां ने 2022 तक ना हो तो सानूं तां हुण इही चाहिए लोगों का हक है लोगों का अधिकार है आपके नुमाइंदे चुनण का वो अधिकार की वरतों जिहड़ी होनी चाहिए तो जिहड़ियां लोगों की इच्छा अनुसार एसजीपीसी की चोण हो क्यों 10 साल हो गए क्यों क्यों नहीं हुई यह बहुत बड़ा सवाल है लोगों के मन में तो जितों तक चीमा साहब ने कहा है कि इन्हों जोड़ा है अहदे मिले ने मैं ये कहना चाहागा भी असी जे सरदार सुखदेव सिंह ढींसा ने उन्होंने पहला भी कहा कि जे मैं अस्तीफा दिना तो यदा कांग्रेस को फायदा होएगा जी ये चाहते अकाली दल क्योंकि ना तो होर किसी पार्टी का नुमाइंदा राज्यसभा चुने जा सकता पर उन्हें ना क्या भी जे वो कहे मैं हूँ जे हालात भी जे किसान पंजाब के किसान जथेबंद कह मैं अस्तीफा देने भी तैयार हाँ पर मैं सुखबीर सिंह बादल या होर किसी के कहे तो अस्तीफा नहीं देना तो दूसरा इस तक मेरी एमएलए भी कहना मैं मेरे हल्के के लोगों ने सुने अकाली दल ने तो 100 करीब जोड़े कैंडिडेट खड़े किए थे जे अकाली दल करके जित जाते तो फिर सारे के सारे ना जित अकाली दल की सरकार ना बनती मैनू भी सब तो वो वोटा अकाली दल के सब तो वोटों के नाल मेरे एमएलए चुने सारे हल्के के लोगों ने सो मैं उन्हों की इच्छा अनुसार काम करा जो मेरे हल्के के लोग मैंने कहन के मैं अस्तीफा देने तैयार हूँ मैंने कोई इस गल से मैनू कोई संकोच नहीं है पर मैं इन्होंने कहने तो असं तरह का अस्तीफा नहीं देना नाले सानू तो पार्टी चो कढ़ चुके ने तो जब पार्टी चो ही कढ़ता फिर ये किस हक नाल कहंदे ने अस्तीफा दे परमिंदर जी होर मैं होर स्पष्ट शब्दों के जेकर तुसी दस सको जो एसजीपीसी चोणों का तुसी जिक्र कर रहे सी तुहाडे बयान का यह मतलब कढ़िया जाए कि एसजीपीसी चोणां हो रही ने या उन्हां दी हलचल हुई है गठजोड़ टुटण की वजह नाल ते जेकर हुण तक नहीं हो रही सी चोणां हुण तक क्योंकि पहलां दी मंग हो रही है कि चोणां करवाओ जे हुण तक नहीं हो रही सी तां उसकी वजह भी गठजोड़ सी कि अकाली दल की हरी झंडी नहीं मिल रही सी इस करके सेंटर नहीं नियुक्ति कर रहा सी तुसी इह कहना चाहुंदे बिल्कुल बिल्कुल स्पष्ट है कहण दी गल नहीं है सब नूं पता है कुछ बोल रहे ने मैं एक बार वो खबर अपने दर्शकों को दिखा दूं उस तो बाद मैं तुहाडा जरूर रिएक्शन लवांगा। सेवा सिंह सेखवा ने अकाली दल के उत्ते वड्डे इल्जाम लगाए ने ते एसजीपीसी चोण दे विच देरी की वजह अकाली दल नूं दस्सिया सेवा सिंह सेखवाल जी ने भी जो परमिंदर ढींसा जी भी जिक्र कर रहे हैं कि बिल्कुल यही वजह है कि हुण तक चोणां नहीं हो पा रही
ਤੇ ਗੜਜੋਂ ਟੁੱਟਣ ਤੋਂ ਬਾਅਦ ਹੋ ਰਹੀਆਂ ਤੇ ਸੇਵਾ ਸਿੰਘ ਸੇਖਵਾ ਵੀ ਕੁਝ ਉਸ ਤਰੀਕੇ ਨਾਲ ਹੀ ਬਿਆਨ ਦਿੰਦੇ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਸੱਤਾ ਦੇ ਵਿੱਚ ਆ ਕੇ 2022 ਚ ਉਸ ਤੋਂ ਬਾਅਦ ਚੋਣਾਂ ਕਰਵਾਉਣਾ ਚਾਹੁੰਦਾ ਸੀ ਕਿ 2022 ਦੇ ਇਲੈਕਸ਼ਨ ਨਿਕਲਣ ਉਸ ਤੋਂ ਬਾਅਦ ਜਾ ਕੇ ਐਸਜੀਪੀਸੀ ਦੀਆਂ ਚੋਣਾਂ ਹੋਣ ਕਾਂਗਰਸ ਦੀ ਸਰਕਾਰ ਦੇ ਵਿੱਚ ਚੋਣ ਨਹੀਂ ਕਰਵਾਉਣਾ ਚਾਹੁੰਦਾ ਸੀ ਅਕਾਲੀ ਦਲ ਇਸ ਕਰਕੇ ਹੁਣ ਤੱਕ ਇਸ ਨੂੰ ਟਾਲਿਆ ਜਾ ਰਿਹਾ ਸੀ ਪਰ ਹੁਣ ਗੜਜੋਂ ਟੁੱਟ ਗਿਆ ਤੇ ਉਸ ਤੋਂ ਬਾਅਦ ਕੇਂਦਰ ਦੀ ਸਰਕਾਰ ਦੇ ਵੱਲੋਂ ਇਹ ਫੈਸਲਾ ਕਰ ਲਿਆ ਗਿਆ ਮੈਂ ਇੱਕ ਛੋਟੀ ਜਿਹੀ ਸਟੇਟਮੈਂਟ ਹੈ ਸੁਣਵਾਉਂਦਾ ਪਹਿਲਾਂ ਸੇਵਾ ਸਿੰਘ ਸੇਖਵਾ ਜੀ ਕੀ ਕੁਝ ਕਹਿ ਰਹੇ ਨੇ ਐਸਜੀਪੀਸੀ ਇਲੈਕਸ਼ਨ ਦੇ ਉੱਤੇ ਇਹ ਇਲੈਕਸ਼ਨ ਇੰਨੀ ਡਿਲੇ ਕਿਉਂ ਹੋਈ ਆ ਇਹ ਡਿਲੇ ਕਰਨ ਦਾ ਇੱਕੋ ਇੱਕ ਆਪਣੇ ਕਾਰਨ ਆ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਉਹਦੀ ਲੀਡਰਸ਼ਿਪ ਜਿਹਨੂੰ ਆਪਾਂ ਹੁਣ ਬਾਦਲ ਅਕਾਲੀ ਦਲ ਕਹਿੰਦੇ ਹਾਂ ਉਹ ਨਹੀਂ ਸੀ ਚਾਹੁੰਦੇ ਵੀ ਇਹ ਇਲੈਕਸ਼ਨ ਹੋਵੇ ਉਹਨਾਂ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਆ ਕਿ ਜਦੋਂ ਉਹਨਾਂ ਦਾ ਰਾਜ ਭਾਗ ਹੋਵੇ ਪੰਜਾਬ 'ਚ ਉਦੋਂ ਹੀ ਐਸਜੀਪੀਸੀ ਦੀ ਇਲੈਕਸ਼ਨ ਹੋਵੇ ਲੇਕਿਨ ਹੁਣ ਪਿੱਛੇ ਆ 5 ਸਾਲ ਜਿਹੜਾ ਕਰੀਬ 4 ਸਾਲ ਹੋ ਗਏ ਇਹ ਕਾਂਗਰਸ ਦਾ ਰਾਜ ਆ ਉਹਨਾਂ ਦੀ ਇਹ ਨੀਅਤ ਸੀ ਕਿ ਇਹ ਇਲੈਕਸ਼ਨ ਜਿਹੜੀ ਆ ਇਹ 22 ਤੋਂ ਪਹਿਲਾਂ ਨਾ ਹੋਵੇ ਵੀ ਸ਼ਾਇਦ 22 'ਚ ਸਾਡਾ ਰਾਜ ਆ ਜਾਵੇ ਤਾਂ ਮੁੜ ਕੇ ਇਲੈਕਸ਼ਨ ਹੋਵੇ ਇਹੀ ਕਾਰਨ ਹੈ ਇਹ ਤਾਂ ਲੇਟ ਹੋਣ ਦਾ ਵੀ ਇਹ ਇਲੈਕਸ਼ਨ ਇੰਨੀ ਡਿਲੇ ਕਿਉਂ ਹੋਈ ਆ ਤਾਂ ਸੇਵਾ ਸਿੰਘ ਸੇਖਵਾ ਜੋ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਵਾਇਆ ਖਾਸ ਤੌਰ ਤੇ ਐਸਜੀਪੀਸੀ ਇਲੈਕਸ਼ਨ ਨੂੰ ਲੈ ਕੇ ਚਿੰਮਾ ਸਾਹਿਬ ਜੇਕਰ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਮੈਂ ਤੁਹਾਡਾ ਰਿਐਕਸ਼ਨ ਚਾਹਾਂਗਾ ਦੇਖੋ ਇੱਕ ਦਿਨ ਪਹਿਲਾਂ ਅਸੀਂ ਇਸ ਪੂਰੇ ਮੁੱਦੇ ਉੱਤੇ ਚਰਚਾ ਵੀ ਕੀਤੀ ਹੈ ਅਮਰਜੀਤ ਚਾਵਲਾ ਜੀ ਐਸਜੀਪੀਸੀ ਦੇ ਮੈਂਬਰ ਨੇ ਉਹ ਵੀ ਸਾਡੇ ਨਾਲ ਜੁੜੇ ਹੋਏ ਸੀ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਹਾਂ ਇਹ ਵੈਂਡੇਟਾ ਪੋਲਿਟਿਕਸ ਬੀਜੇਪੀ ਕਰਦੀ ਨਜ਼ਰ ਆ ਰਹੀ ਹੈ ਤਾਂ ਅਤੇ ਹੁਣ ਸੇਖਵਾ ਸਾਹਿਬ ਹੋਣ ਜਾਂ ਢੀਂਡਸਾ ਜੀ ਹੋਣ ਅਤੇ ਉਹ ਕਹਿ ਰਹੇ ਨੇ ਕਿ ਇਹ ਚੋਣ ਹੋਈ ਹੀ ਤਾਂ ਲੇਟ ਹੈ ਕਿਉਂਕਿ ਅਕਾਲੀ ਦਲ ਨਹੀਂ ਚਾਹੁੰਦਾ ਸੀ ਇਲੈਕਸ਼ਨ ਹੋਵੇ ਦੇਖੋ ਗੱਲ ਇਹ ਹੈ ਕਿ ਸਾਰੀ ਦੁਨੀਆ ਨੂੰ ਪਤਾ ਹੈ ਕਿ 2011 ਦੇ ਵਿੱਚ ਐਸਜੀਪੀਸੀ ਦੀ ਇਲੈਕਸ਼ਨ ਹੋਈ ਸੀ ਔਰ ਹਾਲੇ ਹਾਊਸ ਅਸੈਂਬਲ ਨਹੀਂ ਹੋਇਆ ਸੀ ਕਿ ਹਾਈ ਕੋਰਟ ਨੇ ਸਟੇ ਕਰ ਦਿੱਤਾ ਸੀ ਤੇ 2016 ਤੱਕ ਕੋਰਟ ਦੇ ਵਿੱਚ ਸਟੇ ਰਿਹਾ 2016 ਦੇ ਵਿੱਚ ਸੁਪਰੀਮ ਕੋਰਟ ਨੇ ਫਿਰ ਆਰਡਰ ਕੀਤਾ ਕਿ ਹਾਊਸ ਅੱਗੇ ਚੱਲੇ ਇਸ ਕਰਕੇ 5 ਸਾਲ ਵਾਸਤੇ ਜਿਹੜੇ ਮੈਂਬਰ ਚੁਣੇ ਗਏ ਸੀ ਮੈਂ ਪੁੱਛਦਾ ਕਿ ਉਹਨਾਂ ਦਾ ਕਸੂਰ ਕੀ ਸੀ ਕਿ ਜੇ ਕੋਰਟ ਦੇ ਕਿਸੇ ਆਰਡਰ ਨੇ ਉਹਨਾਂ ਨੂੰ ਰੋਕ ਦਿੱਤਾ ਜਿਹੜਾ ਕਿ ਬਾਅਦ 'ਚ ਕੋਰਟ ਨੇ ਵਾਪਸ ਵੀ ਲੈ ਲਿਆ ਆਪਣਾ ਆਰਡਰ ਹਾਊਸ ਨੂੰ ਸਹੀ ਠਹਿਰਾ ਦਿੱਤਾ ਤੇ ਕੀ ਜਿਹੜੇ ਸਹੀ ਤਰੀਕੇ ਦੇ ਨਾਲ ਸੰਗਤ ਦੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਨੂੰ ਆਪਣੀ 5 ਸਾਲ ਟਰਮ ਪੂਰੀ ਕਰਨ ਦਾ ਅਧਿਕਾਰ ਹੈ ਕਿ ਨਹੀਂ ਹੈ 2021 ਦੇ ਵਿੱਚ ਇਲੈਕਸ਼ਨ ਡਿਊ ਹੈ ਹਾਈ ਕੋਰਟ ਦੇ ਵਿੱਚ 3-4 ਪਟੀਸ਼ਨਾਂ ਇਸੇ ਇਸ਼ੂ ਦੇ ਉੱਤੇ ਪੈਂਡਿੰਗ ਹੈ ਕਿੰਨੇ ਸਾਲਾਂ ਤੋਂ ਜੇ ਇੰਨੀ ਇਹਨਾਂ ਦੀ ਜਸਟੀਫਾਈਡ ਗੱਲ ਹੁੰਦੀ ਤੇ ਹੁਣ ਤੱਕ ਹਾਈ ਕੋਰਟ ਇਹਨਾਂ ਦੇ ਹੱਕ 'ਚ ਫੈਸਲਾ ਕਰਦੇ ਹਾਲੇ ਤੱਕ ਹਾਈ ਕੋਰਟ ਨੇ ਫੈਸਲਾ ਨਹੀਂ ਕੀਤਾ ਇਸ ਕਰਕੇ ਮੈਂ ਸਮਝਦਾ ਕਿ ਇਹ ਲੋਕੀ ਬਹੁਤ ਕਾਹਲੇ ਆ ਗੱਲ ਹੋਰ ਕੁਛ ਨਹੀਂ ਹੈ ਕਿਉਂਕਿ ਇਹਨਾਂ ਕੋਲੇ ਕਹਿਣ ਨੂੰ ਕੁਛ ਨਹੀਂ ਹੁੰਦਾ ਇੱਕ ਮੁੱਦਾ ਬਣਾਉਣ ਦੀ ਕੋਸ਼ਿਸ਼ ਹੈ ਕਿ ਹਰ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਪ੍ਰਬੰਧ ਦੇ ਖਿਲਾਫ ਕੂੜ ਪ੍ਰਚਾਰ ਕਰਨ ਵਾਸਤੇ ਇਹਨਾਂ ਨੂੰ ਮੌਕਾ ਚਾਹੀਦਾ ਉਹਦੇ 'ਚ ਆਪ ਸਾਰੇ ਹੁਣ ਬ੍ਰਹਮਚਾਰੀ ਬਣਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਸਾਰੀ ਉਮਰ ਪੋਲੀਟੀਕਲ ਇਲੈਕਸ਼ਨਾਂ ਡਰਦੇ ਰਹੇ ਇਹ ਹੁਣ ਬ੍ਰਹਮਚਾਰੀ ਦੇ ਤੌਰ ਤੇ ਉੱਤੇ ਲੋਕਾਂ ਦੇ ਵਿੱਚ ਪੇਸ਼ ਹੋਣਾ ਸ਼ੁਰੂ ਕਰਨ ਲੱਗੇ ਆ ਕਿ ਅਸੀਂ ਬਿਲਕੁਲ ਹਿੱਸਾ ਨਹੀਂ ਲਵਾਂਗੇ ਜੇ ਤੁਸੀਂ ਹਿੱਸਾ ਨਹੀਂ ਲੈਣਾ ਤੇ ਤੁਸੀਂ ਪ੍ਰੋਡਿਊਸਰ ਡਾਇਰੈਕਟਰ ਕਿਉਂ ਬਣੇ ਸਕਦੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲੈਕਸ਼ਨ ਵਾਲੇ ਜਿਨ੍ਹਾਂ ਨੇ ਲੜਨੀਆਂ ਫਿਰ ਆਪੇ ਲੜ ਲੈਣਗੇ ਇਹ ਡਬਲ ਸਟੈਂਡਰਡ ਜਿਹੜੇ ਇਹਨਾਂ ਲੋਕਾਂ ਦੇ ਆ ਕਿ ਆਪ ਸਾਰੀ ਉਮਰ ਐਮਐਲਏ ਇਲੈਕਸ਼ਨ ਵੀ ਲੜਦੇ ਨੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਲੜਦੇ ਨੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਨਹੀਂ ਮਿਲੀ ਤੇ ਫਿਰ ਨਾਰਾਜ਼ ਹੋ ਕੇ ਵੱਖਰੇ ਧੜੇ ਬਣਾਉਂਦੇ ਨੇ ਤੇ ਸੰਗਤ ਨੂੰ ਜਿਹੜੀ ਹੈਗੀ ਆ ਇਹ ਪੇਸ਼ ਕਰਦੇ ਆ ਵੀ ਜਿਵੇਂ ਸਹੀ ਤਾਂ ਬ੍ਰਹਮ ਗਿਆਨੀ ਸੰਗਤ ਨੂੰ ਚੰਗੀ ਤਰ੍ਹਾਂ ਦੇ ਨਾਲ ਚੱਲੀ ਕਰੀ ਸ਼ਖਸੀਅਤ ਦਾ ਪਤਾ ਇਸ ਕਰਕੇ ਸਾਡੇ ਵੱਲੋਂ ਕੋਈ ਨਹੀਂ ਹੈ ਜਦੋਂ ਮਰਜ਼ੀ ਇਲੈਕਸ਼ਨ ਹੋ ਜਾਣ ਕੋਰਟ ਨੇ ਫੈਸਲਾ ਕਰਨਾ ਸਾਡੇ ਵੱਲੋਂ ਕੱਲ੍ਹ ਕਰਵਾ ਲਿਓ ਟਰਮ 2021 ਤੱਕ ਉਹਨਾਂ ਦੀ ਬਣਦੀ ਆ ਪਰ ਜੇ ਅਦਾਲਤ ਦਾ ਜੋ ਫੈਸਲਾ ਹੁੰਦਾ ਫਾਈਨਲ ਹੁੰਦਾ ਸਾਡੇ ਵੱਲੋਂ ਜਦੋਂ ਮਰਜ਼ੀ ਕਰਵਾ ਦਿਓ ਇਸ ਕਰਕੇ ਸਾਨੂੰ ਤਾਂ ਇਹ ਨਹੀਂ ਸਮਝ ਲੱਗਦੀ ਇਹ ਜਿਹੜੇ ਧੜੇ ਇਕੱਠੇ ਹੋਏ ਆ ਮੈਂ ਇਹਨਾਂ ਦੀ ਮੈਂ ਜਿਹੜੀ ਦੱਸਣ ਲੱਗਿਆ ਕਿ ਢੀਂਡਸਾ ਸਾਹਿਬ ਵੀ ਇਕੱਠੇ ਆ ਨਾਲ ਇਹਨਾਂ ਦੇ ਦਾਦੂਵਾਲ ਸਾਹਿਬ ਵੀ ਇਕੱਠੇ ਆ ਉੱਧਰ ਦਾਦੂਵਾਲ ਸਾਹਿਬ ਵੱਖਰੀ ਜਿਹੜੀ ਹਰਿਆਣੇ ਦੇ ਵਿੱਚ ਕਮੇਟੀ ਬਣੀ ਆ ਉਹਦੇ ਪ੍ਰਧਾਨ ਵੀ ਚੁਣੇ ਗਏ ਆ ਹੁਣ ਮੈਂ ਸੇਖਵਾਲ ਸਾਹਿਬ ਨੂੰ ਵੀ ਪੁੱਛਦਾ ਨਾਲ ਇਹਨਾਂ ਨੂੰ ਵੀ ਪੁੱਛਦਾ ਢੀਂਡਸਾ ਸਾਹਿਬ ਨੂੰ ਵੀ ਬਾਕੀ ਵੀ ਸਾਰਿਆਂ ਨੂੰ ਕਿ ਇੱਕ ਪਾਸੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨੀਆਂ ਇੱਕ ਪਾਸੇ ਉਹਨਾਂ ਤਾਕਤਾਂ ਦੇ ਨਾਲ ਖੜੇ ਹੋ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਵਾਸਤੇ ਲੱਗੇ ਹੋਏ ਆ ਵੱਖਰੀ ਕਮੇਟੀ ਬਣਾਉਣ ਦੀ ਗੱਲ ਕਰਦੇ ਆ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀ ਮਜ਼ਬੂਤ ਕਰੋਗੇ ਤੁਸੀਂ ਤਾਂ ਨੀਂਹ ਪਹਿਲਾਂ ਰੱਖੀ ਠੀਕ ਹੈ ਮੈਂ ਰਿਐਕਸ਼ਨ ਲੈਣਾ ਸਰ ਇੱਕ ਵਾਰੀ ਜੀ ਨਹੀਂ ਤੁਸੀਂ ਬਹੁਤ ਇੰਪੋਰਟੈਂਟ ਇਸ਼ੂ ਕਹਿ ਰਹੇ ਹੋ ਕਿ ਇਹ ਤਾਂ ਬਹੁਤ ਵੱਡਾ ਇਸ਼ੂ ਵੀ ਰਿਹਾ ਸੀ ਜਦੋਂ ਐਚਐਸਜੀਪੀਸੀ ਬਣਾਉਣ ਦਾ ਜ਼ਿਕਰ ਹੋ ਰਿਹਾ ਸੀ ਢੀਂਡਸਾ ਸਾਹਿਬ ਜੇਕਰ ਜਵਾਬ ਦੇ ਸਕੋ ਕਿਉਂਕਿ ਐਚਐਸਜੀਪੀਸੀ ਤਾਂ ਹੁਣ ਅਲੱਗ ਬਣ ਗਈ ਬਲਜੀਤ ਸਿੰਘ ਦਾਦੂਵਾਲ ਉਸਦੇ ਪ੍ਰਧਾਨ ਬਣ ਗਏ
ਤੇ ਚੀਮਾ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਐਸਜੀਪੀਸੀ ਨੂੰ ਤੋੜਨ ਦੀ ਗੱਲ ਕੀਤੀ ਇਹ ਸਾਰੇ ਹੁਣ ਇਕੱਠੇ ਹੋ ਰਹੇ ਨੇ ਉਹਨਾਂ ਦੇ ਨਾਲ। ਮੇਰੀ ਇਹ ਬੇਨਤੀ ਹੈ ਵੀ ਪਹਿਲੀ ਗੱਲ ਤਾਂ ਅਸੀਂ ਕਦੇ ਐਸਜੀਪੀਸੀ ਤੋੜਨ ਦੀ ਗੱਲ ਨਹੀਂ ਕੀਤੀ, ਨਾ ਹੀ ਸਾਡਾ ਸਾਧੂਵਾਲ ਨਾਲ ਹੱਕਾ ਕੋਈ ਪੱਖ ਪੂਰਾ। ਤੇ ਜਿਹੜਾ ਐਸਜੀਪੀਸੀ ਹਰਿਆਣੇ ਦਾ ਕੇਸ ਹੈ ਉਹ ਤਾਂ ਕੋਰਟ ਦੇ ਵਿੱਚ ਸਬਜੂਡਾਈਸ ਹੈ, ਉਹਦੇ ਤੇ ਕੋਈ ਅੱਜ ਇਹ ਸਮਾਂ ਨਹੀਂ ਬਹਿਸ ਕਰਨ ਦਾ। ਪਰ ਗੱਲ ਤਾਂ ਐਸਜੀਪੀਸੀ ਦੀਆਂ ਚੋਣਾਂ ਦੀ ਹੋ ਰਹੀ ਹੈ ਕਿ ਚੋਣਾਂ ਕੀ ਹੋਣੀਆਂ ਚਾਹੀਦੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ। ਹੁਣ ਤੱਕ 2019 ਚ ਜੇ ਪੈਨਲ ਗਿਆ ਸੀ ਤਾਂ ਇੱਕ ਸਾਲ ਕਿਉਂ ਲੱਗ ਗਿਆ ਜਿਹੜਾ ਹੈ ਚੀਫ ਕਮਿਸ਼ਨਰ ਅਪੁਆਇੰਟ ਕਰਾਉਣ ਦਾ। ਚਲੋ ਫਿਰ ਵੀ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਚਲੋ ਅਪੁਆਇੰਟ ਤਾਂ ਹੋਇਆ, ਤੇ ਪਰ ਸਾਨੂੰ ਹੁਣ ਵੀ ਖਰਚਾ ਵੱਡਾ ਇਹ ਹੈ ਹੀਲੇ ਪਸੀਲੇ ਵਰਤ ਕੇ ਇਹ ਜੋ ਚੋਣਾਂ ਨੇ ਇਹਨਾਂ ਨੂੰ ਇਹ 2021 ਦੇ ਵਿੱਚ ਹੋਣ, ਇਹਦੇ ਵਾਸਤੇ ਪੰਜਾਬ ਸਰਕਾਰ ਵੱਲੋਂ ਵੀ ਅਕਾਲੀ ਦਲ ਬਾਦਲ ਵੱਲੋਂ ਵੀ ਪੂਰਾ ਯਤਨ ਹੋਏਗਾ ਸਿੱਧਾ ਜਾਂ ਸਿੱਧੇ ਢੰਗ ਦੇ ਨਾਲ ਕੋਰਟ ਦੇ ਵਿੱਚ ਜਾਂ ਹੋਰ ਕਿਸੇ ਤਰੀਕੇ ਨਾਲ ਜੋ ਵੀ ਇਸ ਤਰ੍ਹਾਂ ਵੀ ਹੋ ਸਕਦਾ ਵੀ ਇਹਦੇ 'ਚ ਰੋਕਿਆ ਜਾਵੇ ਇਹਨੂੰ। ਸੋ ਇਹ ਸਾਡੀ ਤਾਂ ਇਹੀ ਮੰਗ ਹੈ ਜੇ ਚੀਮਾ ਸਾਹਿਬ ਨਹੀਂ ਇਸ ਗੱਲ ਸਹਿਮਤ ਵੀ ਚੋਣ ਹੋਣੀ ਚਾਹੀਦੀ ਹੈ ਤਾਂ ਉਹ ਕਹਿ ਦੇਣ ਕਹਿੰਦੇ ਵੀ ਚੋਣ ਹੋਵੇ ਸਮੇਂ ਸਿਰ ਰਸਤੇ। ਇਹਨਾਂ ਨੇ ਇਹ ਗੱਲ ਵੀ ਸਾਡੀ ਦੱਸਤੀ ਹੈ ਕਿ ਅਸੀਂ ਤਾਂ ਚੋਣ ਲੜਨੀ ਨਹੀਂ, ਠੀਕ ਹੈ, ਪਰ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਹੈ ਚੰਗੇ ਲੋਕ ਜਿਹੜੇ ਧਾਰਮਿਕ ਪ੍ਰਗਤੀ ਦੇ ਨੇ ਉਹ ਅੱਗੇ ਆਉਣ ਤੇ ਐਸੀ ਪੀਸੀ ਜ਼ਿੰਮੇਵਾਰੀ ਸਾਂਭਣ। ਸਾਡਾ ਤਾਂ ਬੜੀ ਇੱਕ ਕਲੀਅਰ ਸਟੈਂਡ ਹੈ। ਚਲੋ ਠੀਕ ਹੈ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ ਢੀਂਡਸਾ ਜੀ, ਬਹੁਤ ਬਹੁਤ ਧੰਨਵਾਦ। ਚੀਮਾ ਸਾਹਿਬ ਮੈਂ ਇੱਕ ਆਖਰੀ ਸਟੇਟਮੈਂਟ, ਬਹੁਤ ਘੱਟ ਸਮੇਂ ਮੇਰੇ ਕੋਲ, ਤੁਹਾਡੇ ਤੋਂ ਜ਼ਰੂਰ ਜਾਣਨੀ ਚਾਹਾਂਗਾ, ਬੀਜੇਪੀ ਦੀ ਵੈਂਡੇਟਾ ਪੋਲਿਟਿਕਸ ਤੁਹਾਨੂੰ ਲੱਗਦੀ ਹੈ ਜਾਂ ਨਹੀਂ ਨਿਯੁਕਤੀ ਨੂੰ ਲੈ ਕੇ ਜੋ ਗੁਰਦੁਆਰਾ ਚੋਣ ਕਮਿਸ਼ਨਰ ਦੀ ਨਿਯੁਕਤੀ ਕੀਤੀ ਗਈ ਹੈ 15 ਦਿਨਾਂ ਦੇ ਅੰਦਰ ਹੀ? ਦੇਖੋ ਗੱਲ ਇਹ ਹੈ ਕਿ ਅਸੀਂ ਨਹੀਂ ਕਹਿਣਾ ਚਾਹੁੰਦੇ ਕਿ ਕਿਸੇ ਦੀ ਵੈਂਡੇਟਾ ਪੋਲਿਟਿਕਸ, ਅਸੀਂ ਤਾਂ ਵੈਲਕਮ ਕੀਤਾ ਵੈਂਡੇਟਾ ਪੋਲਿਟਿਕਸ ਤੇ। ਅਸੀਂ ਤਾਂ ਕਹੀਏ ਨਾ ਵੀ ਜੇ ਅਸੀਂ ਕਹੀਏ ਵੀ ਕੋਈ ਬੜਾ ਮਾੜਾ ਕੰਮ ਹੋ ਗਿਆ, ਗੁਰਦੁਆਰਾ ਚੀਫ ਗੁਰਦੁਆਰਾ ਕਮਿਸ਼ਨਰ ਜਿਹੜਾ ਹੈਗਾ ਉਹ ਰਹਿਣਾ ਚਾਹੀਦਾ ਹਮੇਸ਼ਾ। ਪਹਿਲਾਂ ਵੀ ਇਸ ਤੋਂ ਪਹਿਲਾਂ ਅਪਾਇੰਟ ਹੋ ਚੁੱਕੇ ਸੀ ਜਸਟਿਸ ਦਰਸ਼ਨ ਸਿੰਘ ਜੀ, ਉਹਨਾਂ ਨੇ ਸ਼ਾਇਦ ਆਪਣੇ ਕਿਸੇ ਕਾਰਨਾਂ ਕਰਕੇ ਜੁਆਇਨ ਨਹੀਂ ਕੀਤਾ, ਇਸ ਕਰਕੇ ਦੁਬਾਰਾ ਫਿਰ ਨਵੇਂ ਸਿਰੇ ਤੋਂ ਪ੍ਰੋਸੀਜਰ ਸ਼ੁਰੂ ਹੋਇਆ ਤੇ ਫਿਰ ਹੁਣ ਜਾ ਕੇ ਇਹਨਾਂ ਦੀ ਅਪਾਇੰਟਮੈਂਟ ਹੋਈ। ਇਸ ਕਰਕੇ ਅਸੀਂ ਤੇ ਵੈਲਕਮ ਕਰਦੇ ਹਾਂ ਕਿ ਹੋਣਾ ਚਾਹੀਦਾ, ਅਸੀਂ ਤੇ ਤਾਂ ਵੈਂਡੇਟਾ ਪੋਲਿਟਿਕਸ ਕਹੀਏ ਨਾ ਕੋਈ ਬੜਾ ਵੱਡਾ ਗਲਤ ਕੰਮ ਹੋ ਗਿਆ ਹੋਵੇ ਕਿ ਕਮਿਸ਼ਨ ਲੱਗਣਾ ਨਹੀਂ ਚਾਹੀਦਾ, ਇਸ ਕਰਕੇ ਇਸ ਦਾ ਵੈਲਕਮ ਕਰਦੇ ਹਾਂ। ਪਰ ਮੈਂ ਇਹਨਾਂ ਨੂੰ ਫਿਰ ਪੁੱਛਦਾ ਹਾਂ ਕਿ ਜੇ ਹਾਲੇ ਵੱਖਰੀ ਕਮੇਟੀ ਦਾ ਕੇਸ ਸਬਜੈਕਟ ਹੈ ਤੇ ਫਿਰ ਜਿਹੜੀ ਹੈ ਹਾਲੇ ਇਹ ਡਿਸਾਈਡ ਕੀਤੀ ਹੈ ਬਗੈਰ ਚੋਣਾਂ ਕਿੱਥੇ ਹੋ ਜਾਣਗੀਆਂ? ਤੁਸੀਂ ਬਲੇਮ ਦੂਜਿਆਂ ਨੂੰ ਕਰਨ ਤੋਂ ਪਹਿਲਾਂ ਹੁਣ ਆਪ ਮੰਨ ਲਓ ਜਿਹੜਾ ਹਰਿਆਣਾ ਦੇ ਬਿਲਕੁਲ ਬਿਲਕੁਲ ਉਹ ਵੀ ਇੱਕ ਇਸ਼ੂ ਹੈਗਾ ਕਿਉਂਕਿ ਜੀ 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 ਬਿਲਕੁਲ ਮੈਂ 2011 ਦਾ ਹੀ ਜ਼ਿਕਰ ਕਰ ਲਵਾਂ ਤਾਂ 3 ਲੱਖ ਦੇ ਕਰੀਬ ਤਾਂ ਵੋਟਰ ਹਰਿਆਣਾ ਦੇ ਵਿੱਚ ਵੀ ਸੀ ਕਿ ਹੁਣ ਉਹ ਕਿਵੇਂ ਹੋਏਗਾ ਉਹ ਬਿਲਕੁਲ ਜ਼ਿਕਰ ਅਲੱਗ ਹੋ ਜਾਂਦੇ ਨੇ। ਮੈਂ ਮਾਫੀ ਚਾਹੂੰਗਾ ਵਿਚਾਲੇ ਰੋਕ ਰਿਹਾ ਚੀਮਾ ਸਾਹਿਬ, ਤੁਹਾਨੂੰ ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਢੀਂਡਸਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ। ਤਾਂ ਐਸਜੀਪੀਸੀ ਚੋਣਾਂ ਦੀ ਹਲਚਲ ਹੈ ਤੇ ਸਭ ਦੇ ਵਿਚਾਲੇ ਖੂਬ ਸਿਆਸਤ ਵੀ ਭਗਦੀ ਹੋਈ ਨਜ਼ਰ ਆ ਰਹੀ ਹੈ। ਛੋਟੇ ਜਿਹੇ ਬ੍ਰੇਕ ਲਈ ਰੁਕ ਰਿਹਾ, ਫੌਰਨ ਹਾਜ਼ਰ ਹੋਵਾਂਗੇ।